कोविड 19 यानी कोरोना वायरस जिसनों लेके मुकम्मल कर्फ्यू लगन दे कुछ घंटे पहला नाभा हल्के दे पिंड अगेता दे पिंड वालियां वालों खुद ही यतन कार्द होए पिंड दे तीन रस्तियां नू सील कर बाहरी व्यक्ति नू आन ते मुकम्मल पाबंदी लगा दी गई। सुर्खियां बनन तो बाद पिंड दे श्रोमणी अकाली दल हलका इंचार्ज बाबू कबीर दास पुजे अते पिंड दे रहिंदे गरीब मजदूरां परिवारां नू राशन दिता। इस मौके मौजूद लोगों नू राशन दे पैकेट भी सौंपे गए। इस मौके गल करदे हलका इंचार्ज कबीर दास ने कहा कि पूरे पिंड ने वायरस नू फैलन तो रोकने लई बड़ी वड्डी पहल कीती है जिसकी देश विच चर्चा हो रही है। उन्होंने लोड़वंद परिवारां नू अज राशन भी तकसीम कीते ने। ਉਹਨੂੰ ਪੁੱਛਿਆ ਵੀ ਕੋਈ ਵੀ ਆਪ ਜੀ ਨੂੰ ਕੋਈ ਦਿੱਕਤ ਹੋਊਗੀ ਤਾਂ ਤੁਸੀਂ ਸਾਨੂੰ ਫੋਨ 'ਤੇ ਜ਼ਰੂਰ ਦੱਸ ਦਿਓ। ਔਰ ਅਸੀਂ ਲਗਾਤਾਰ ਇਹਨਾਂ ਦੇ ਨਾਲ ਫੋਨ ਦੇ ਨਾਲ ਇਨ ਟੱਚ ਸੀ। ਇਹਨਾਂ ਨੇ ਬਹੁਤ ਮੈਂ ਸਮਝਦਾ ਵਧਾਈ ਦੇ ਪਾਤਰ ਨੇ ਕਿਉਂਕਿ ਇਹਨਾਂ ਨੇ ਪੂਰੇ ਪਿੰਡ 'ਚ ਪੈਸੇ ਇਕੱਠੇ ਕਰਕੇ ਜਿਹੜੇ ਮੁਹੱਈਆ ਚੀਜ਼ਾਂ ਫਸਟ ਏਡ ਚਾਹੀਦੀ ਹੈ ਸਵੇਰ ਨੂੰ ਉੱਠ ਕੇ ਸ਼ਾਮ ਤੱਕ ਇਹਨਾਂ ਨੇ ਉਹ ਕੰਮ ਕੀਤਾ ਔਰ ਸਾਰੇ ਪਿੰਡ 'ਚ ਇਹਨਾਂ ਨੇ ਸੈਨੇਟਾਈਜ਼ ਕੀਤੀ ਆ, ਸੈਨੇਟਾਈਜ਼ਰ ਵੰਡੇ ਆ ਔਰ ਬਹੁਤ ਵਧੀਆ ਇਹਨਾਂ ਨੇ ਉਪਰਾਲਾ ਕਰਿਆ। ਔਰ ਕਈ ਬੰਦੇ ਇੱਥੇ ਜਿਹੜੇ ਹੈਗੇ ਆ ਮੈਂ ਉਹਨੂੰ ਜੀ ਬਸ ਜਿਹੜੀ ਕੁਦਰਤ ਨੇ ਇਹ ਆਪਦਾ ਆਪਣੇ ਸਾਰੀ ਦੁਨੀਆ 'ਤੇ ਪਾਈ ਹੈ, ਇਹਦੇ 'ਚ ਸਾਰੀ ਸਾਇੰਸ ਸਾਰੀ ਟੈਕਨੋਲੋਜੀ ਫੇਲ ਹੋ ਗਈ। ਹੁਣ ਇਨਸਾਨ ਨੂੰ ਇਨਸਾਨ ਦੀ ਮਦਦ ਕਰਨ ਦੀ ਜ਼ਰੂਰਤ ਹੈ, ਜਿਹੜਾ ਇਨਸਾਨ ਲਾਚਾਰ ਹੈ ਔਰ ਜਿਹੜੇ ਇਨਸਾਨ ਜਿਹੜਾ ਵੈਲ ਟੂ ਡੂ ਹੈ ਵਧੀਆ ਖਾਂਦਾ ਪੀਂਦਾ ਉਹਦੀ ਦਿਲੋਂ ਉਹਨੂੰ ਇਹ ਸਾਡੇ ਪਾਰਟੀ ਪ੍ਰਧਾਨ ਦਾ ਆਦੇਸ਼ ਹੈ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਦਾ। ਬਹੁਤ ਧੰਨਵਾਦੀ ਹਾਂ ਸੰਗਤ ਦੇ ਜਿਨ੍ਹਾਂ ਨੇ ਐਡਾ ਉਪਰਾਲਾ ਕੀਤਾ ਰਾਸ਼ਨ ਇਕੱਠਾ ਕਰਕੇ ਸਾਡੇ ਬਾਬੂ ਜੀ ਹਲਕਾ ਇੰਚਾਰਜ ਕਬੀਰ ਦਾਸ ਜੀ ਦੀ ਅਗਵਾਈ ਹੇਠ। ਅੱਜ ਜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਬੀਰ ਦਾਸ ਜੀ ਪਹੁੰਚੇ ਨੇ ਅਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਵੀ ਪਹਿਲੀ ਵਾਰੀ ਇਹ ਹੋਰ ਸਾਰੀਆਂ ਪਾਰਟੀਆਂ ਆਈਆਂ ਨੇ, ਹੋਰ ਕਿਸੇ ਨੇ ਕੋਈ ਵੀ ਪਿੰਡ ਦੀ ਜਿਹੜੇ ਦਿਹਾੜੀਦਾਰ ਬੰਦੇ ਨੇ ਉਹ ਹਰ ਰੋਜ਼ ਕਮਾਉਂਦੇ ਨੇ ਅਤੇ ਹਰ ਰੋਜ਼ ਉਹੀ ਖਾਣਾ ਹੁੰਦਾ, ਕਿਸੇ ਨੇ ਹੁਣ ਤੱਕ ਆ ਕੇ ਕੋਈ ਸਹਾਰਾ ਨਹੀਂ ਦਿੱਤਾ, ਕਿਸੇ ਨੂੰ ਕੋਈ ਰਾਸ਼ਨ ਨਹੀਂ ਦਿੱਤਾ। ਇੱਕ ਮੈਡੀਕਲ ਦੀ ਅਸੀਂ ਉਹਨਾਂ ਨੂੰ ਸਿਫਾਰਸ਼ ਕਰੀ ਦੀ ਮੈਡੀਕਲ ਤਾਂ ਸਾਡੇ ਪਿੰਡ ਦੇ ਵਿੱਚ ਪਹੁੰਚਾਓ ਅਤੇ ਉਹ ਵੀ ਹੁਣ ਤੱਕ ਸਾਨੂੰ ਕੋਈ ਮੈਡੀਕਲ ਦੀ ਸਹਾਇਤਾ ਨਹੀਂ। ਸਾਡੇ ਜਿਹੜੇ ਗਰੀਬ ਪਰਿਵਾਰ ਨੇ 8 ਬੰਦਿਆਂ ਨੂੰ ਕੱਲ੍ਹ ਆਪਣੇ ਥੂਹੀ ਤੋਂ ਨੇ ਸਮਾਜ ਸੇਵਕ 12 ਬੰਦਿਆਂ ਦੀ ਲਿਸਟ ਬਣਾਈ ਸੀ, 8 ਬੰਦਿਆਂ ਨੂੰ ਉਹ ਦੇ ਗਏ। ਫਿਰ ਮੈਂ ਬਾਬੂ ਜੀ ਨੂੰ ਹਲਕਾ ਇੰਚਾਰਜ ਨੇ ਸਾਡੇ ਨਾਭੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਵੀ 25 ਨਾਭਾ ਤੋਂ ਰਜੇਸ਼ ਬਜਾਜ।